ਸਤਿ ਸ਼੍ਰੀ ਅਕਾਲ ਜੀ ਜਗਬਾਣੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਅੱਜ ਸਾਰਿਆਂ ਨੂੰ ਪਤਾ ਹੈ ਕਿ ਖੇਤੀਬਾੜੀ ਨੂੰ ਸੰਬੰਧਿਤ ਜਿਹੜੀਆਂ ਨੇ ਬਹੁਤ ਸਾਰੀਆਂ ਗੰਭੀਰ ਮੁਸ਼ਕਲਾਂ ਜਿਹੜੀਆਂ ਨੇ ਉਹ ਅੱਜ ਦਰਪੇਸ਼ ਆ ਰਹੀਆਂ ਨੇ। ਬਹੁਤ ਸਾਰੇ ਜਿਹੜੇ ਵੱਡੇ ਵੱਡੇ ਕਿਸਾਨ ਨੇ, ਜਿਹੜੇ ਬੜੇ ਬੜੇ 100-100 ਏਕੜ ਦੇ ਮਾਲਕ ਕਿਸਾਨ ਨੇ, ਉਹ ਵੀ ਅੱਜ ਜ਼ਮੀਨਾਂ ਵੇਚ ਰਹੇ ਨੇ, ਉਹਨਾਂ ਦੇ ਬੱਚੇ ਵੀ ਬਾਹਰ ਜਾ ਰਹੇ ਨੇ। ਪਰ ਦੂਜੇ ਪਾਸੇ ਅੱਜ ਅਸੀਂ ਇੱਕ ਗੁਰਦਾਸਪੁਰ ਨਾਲ ਸੰਬੰਧਿਤ ਅਜਿਹੇ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜੋ ਪੇਸ਼ੇ ਵਜੋਂ ਤੇ ਸਰਕਾਰੀ ਅਧਿਆਪਕ ਨੇ, ਪਰ ਇਹਨਾਂ ਨੇ ਇੱਕ ਅਜਿਹੀ ਮਿਸਾਲ ਪੈਦਾ ਕੀਤੀ ਆ ਜਿਸ ਦੀ ਸ਼ਾਇਦ ਪੰਜਾਬ ਵਿੱਚ ਕੋਈ ਵੀ ਦੂਸਰੀ ਹੋਰ ਮਿਸਾਲ ਨਾ ਮਿਲਦੀ ਹੋਵੇ। ਇਹ ਅਧਿਆਪਕ ਅਜਿਹੇ ਨੇ ਜਿਨ੍ਹਾਂ ਕੋਲ ਸਿਰਫ 2 ਏਕੜ ਜ਼ਮੀਨ ਹੈ, ਤੇ ਇਸ 2 ਏਕੜ ਜ਼ਮੀਨ 'ਚ ਇਹਨਾਂ ਨੇ ਉਹ ਕਹਾਵਤ ਸੱਚ ਕੀਤੀ ਹੈ ਜਿਵੇਂ ਕਹਿੰਦੇ ਹੁੰਦੇ ਨਾ ਕਿ ਕੁੱਜੇ 'ਚ ਸਮੁੰਦਰ ਨੂੰ ਬੰਦ ਕਰਨਾ, ਉਸ ਤਰ੍ਹਾਂ ਇਹਨਾਂ ਨੇ ਇੱਥੇ ਕੀਤਾ ਹੋਇਆ। ਇਸ 2 ਏਕੜ ਦੇ ਫਾਰਮ ਦੇ ਵਿੱਚ ਇਹਨਾਂ ਨੇ ਵਰਮੀ ਕੰਪੋਸਟ ਦਾ ਯੂਨਿਟ ਲਾਇਆ ਹੈ, ਔਰਗੈਨਿਕ ਫਾਰਮਿੰਗ ਕਰ ਰਹੇ ਨੇ। ਇੱਥੇ ਇਹਨਾਂ ਨੇ ਬੀ ਕੀਪਿੰਗ ਦਾ ਕੰਮ ਸ਼ੁਰੂ ਕੀਤਾ ਹੈ, ਡੇਅਰੀ ਫਾਰਮਿੰਗ ਦਾ ਕੰਮ ਕਰ ਰਹੇ ਨੇ, ਸਬਜ਼ੀਆਂ ਲਗਾਈਆਂ ਹੋਈਆਂ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖੁਦ ਦੱਸਣਗੇ ਉਹ ਇੱਥੇ ਕਰ ਰਹੇ ਨੇ। ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ ਮਾਸਟਰ ਜੀ, ਆਪਣਾ ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਣਧੀਰ ਸਿੰਘ ਹੈ ਜੀ, ਮੈਂ ਪਿੰਡ ਚਾਹੀਆ ਤੋਂ ਰਹਿਣ ਵਾਲਾ ਹਾਂ। ਓਕੇ ਜੀ, ਤੇ ਮਾਸਟਰ ਜੀ ਜਿਵੇਂ ਤੁਸੀਂ ਪੜ੍ਹੇ ਲਿਖੇ ਹੋ, ਸਰਕਾਰੀ ਅਧਿਆਪਕ ਹੋ, ਬੜੀ ਵਧੀਆ ਤੁਹਾਡੀ ਆਪਣੇ ਲਾਈਫ ਚੱਲ ਰਹੀ ਹੈ। ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਵਾਈਫ ਵੀ ਟੀਚਰ ਨੇ ਤੇ ਬੱਚੇ ਵੀ ਚੰਗਾ ਪੜ੍ਹ ਰਹੇ ਆ, ਤੇ ਇਹ ਖੇਤੀਬਾੜੀ ਵਾਲੇ ਪਾਸੇ ਜਦੋਂ ਸਾਰੀ ਦੁਨੀਆ ਛੱਡ ਰਹੀ ਹੈ, ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ, ਤੇ ਤੁਸੀਂ ਇਸ ਪਾਸੇ ਫਿਰ ਕਿਵੇਂ ਆ ਗਏ, ਇਹ ਥੋੜ੍ਹਾ ਜਿਹਾ ਦੱਸੋ ਜੀ ਸਾਡੇ ਦਰਸ਼ਕਾਂ ਨੂੰ। ਵੇਖੋ ਜੀ, ਅੱਜ ਕੱਲ੍ਹ ਦਾ ਜੋ ਦੌਰ ਹੈ ਉਹ ਪੈਸਟੀਸਾਈਡ ਕੈਮੀਕਲ ਫਾਰਮਿੰਗ ਚੱਲ ਰਹੀ ਹੈ, ਤੇ ਉਸ ਤੋਂ ਵੱਖ ਵੱਖ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ, ਕੈਂਸਰ ਹੋ ਰਿਹਾ, ਰਸੋਲੀਆਂ ਹੋ ਰਹੀਆਂ ਆ, ਪੱਥਰੀਆਂ ਹੋ ਰਹੀਆਂ ਆ, ਤੇ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਜਿਹਨਾਂ ਨਾਲ ਜਿਹੜੇ ਆ ਬਚਣਾ ਆ ਔਖਾ ਆ। ਉਹ ਸਾਰੀਆਂ ਬਿਮਾਰੀਆਂ ਦੀ ਜੜ ਕੀ ਹੈ ਕਿ ਕੈਮੀਕਲ ਫਾਰਮਿੰਗ ਹੈ। ਤੋ ਕੈਮੀਕਲ ਫਾਰਮਿੰਗ ਤੋਂ ਛੁਟਕਾਰਾ ਪਾਉਣ ਵਾਸਤੇ ਅਸੀਂ ਔਰਗੈਨਿਕ ਫਾਰਮਿੰਗ ਤੇ ਆਏ ਹਾਂ, ਜਿਹਦੇ ਨਾਲ ਸਾਡੀਆਂ ਜਿਹੜੀਆਂ ਉਹ ਬਿਮਾਰੀਆਂ ਦੂਰ ਹੁੰਦੀਆਂ ਤੇ ਅਸੀਂ ਸਿਹਤਮੰਦ ਜੀਵਨ ਜਿਹੜਾ ਜੀਨੇ ਆ। ਠੀਕ ਹੈ ਜੀ ਭਾਈ, ਇੱਕ ਜਿਹੜੀ ਸਭ ਬੜੀ ਵੱਡੀ ਅਹਿਮ ਗੱਲ ਆ, ਜਿਹੜੇ ਹੋਰ ਵੀ ਸਾਡੇ ਕਿਸਾਨ, ਸਾਡੇ ਜਗਬਾਣੀ ਦੇ ਦਰਸ਼ਕ ਇਹ ਪ੍ਰੋਗਰਾਮ ਦੇਖਦੇ ਹੋਣਗੇ, ਉਹਨਾਂ ਦੇ ਮਨ 'ਚ ਇੱਕ ਸਵਾਲ ਆਉਂਦਾ ਹੋਵੇਗਾ ਕਿ ਆਮ ਤੌਰ 'ਤੇ ਜਦੋਂ ਔਰਗੈਨਿਕ ਫਾਰਮਿੰਗ ਦੀ ਗੱਲ ਕਰਦੇ ਹਾਂ ਤਾਂ ਅਕਸਰ ਕਿਸਾਨ ਕਹਿੰਦੇ ਨੇ ਕਿ ਜਦੋਂ ਸ਼ੁਰੂਆਤੀ ਦੌਰ 'ਚ ਇਹਦੇ 'ਤੇ ਬਹੁਤ ਘਾਟਾ ਪੈਂਦਾ, ਝਾੜ ਪੂਰਾ ਨਹੀਂ ਨਿਕਲਦਾ, ਅਤੇ ਤੁਸੀਂ ਤਾਂ ਹੈ ਹੀ 2 ਏਕੜ ਦੇ ਮਾਲਕ ਹੋ ਜਿਹਦੇ ਵਿੱਚ ਤੁਸੀਂ ਬਹੁਤ ਵੱਖ ਵੱਖ ਚੀਜ਼ਾਂ ਲਗਾਈਆਂ ਹੋਈਆਂ, ਅਤੇ ਫਿਰ ਤੁਹਾਨੂੰ ਨੁਕਸਾਨ ਨਹੀਂ ਹੁੰਦਾ ਕਿ ਜਿਵੇਂ ਤੁਸੀਂ ਕੋਈ ਖਾਦ ਦੀ ਵਰਤੋਂ ਨਹੀਂ ਕਰਦੇ, ਕਿਸੇ ਕੈਮੀਕਲ ਦੀ ਵਰਤੋਂ ਨਹੀਂ ਕਰਦੇ, ਅਤੇ ਇਹ ਕਿਵੇਂ ਮੈਨੇਜ ਕਰਦੇ ਹੋ, ਕੋਈ ਫਾਇਦਾ ਹੁੰਦਾ ਵੀ ਹੈ ਜਾਂ ਘੱਟ ਹੀ ਜਾ ਰਹੇ ਹੋ? ਸਰ ਜੀ, ਸ਼ੁਰੂ ਤੋਂ ਤਾਂ ਘਾਟਾ ਪੈਂਦਾ ਹੀ ਆ, ਪਰ ਇੱਕ ਦ੍ਰਿੜ ਨਿਸ਼ਚਾ ਜਿਹੜਾ ਆ ਉਹ ਲੈ ਕੇ ਜਿਹੜਾ ਆ ਅੱਗੇ ਚੱਲਣਾ ਪੈਂਦਾ ਆ ਕਿ ਅਸੀਂ ਇੱਕ ਜਿਹੜੀ ਆ ਮੰਜ਼ਿਲ ਸਰ ਕਰਨੀ ਆ, ਤੇ ਅਸੀਂ ਉਹ ਔਰਗੈਨਿਕ ਫਾਰਮਿੰਗ ਦੇ ਤੌਰ ਤੇ ਹੀ ਕਰ ਸਕਦੇ ਆ। ਸ਼ੁਰੂ 'ਚ ਘਾਟਾ ਝੱਲਣਾ ਪੈਂਦਾ ਆ, ਪਹਿਲੇ ਜਿਹੜੀ ਆ 1 ਏਕੜ 'ਚੋਂ ਉਹ 7-8 ਕੁਇੰਟਲ ਜਿਹੜੀ ਆ ਕਣਕ ਨਿਕਲੀ ਸੀ, ਤੇ ਹੁਣ ਉਹ ਹੌਲੀ ਹੌਲੀ ਉਹ ਵਾਧਾ ਵੱਧ ਰਿਹਾ ਆ, ਤੇ ਉਹਦੇ ਨਾਲ ਥੋੜ੍ਹੀ ਜਿਹੀ ਉਦੋਂ ਜਾਂਚ ਵੀ ਨਹੀਂ ਹੁੰਦੀ, ਸਿੱਖਣ ਦਾ ਵੀ ਕਮੀ ਹੁੰਦੀ ਆ, ਹੌਲੀ ਹੌਲੀ ਜਿਹੜਾ ਗਿਆਨ ਵੱਧਦਾ ਜਾਂਦਾ ਤੇ ਉਹਦੇ ਨਾਲ ਸਾਡੀ ਜਿਹੜੀ ਆ ਉਹ ਪੈਦਾਵਾਰ ਵੱਧਦੀ ਜਾਂਦੀ ਹੈ। ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਤਾਂ ਕਣਕ ਦੀ ਤੁਸੀਂ ਔਰਗੈਨਿਕ ਫਾਰਮਿੰਗ ਕਰ ਰਹੇ ਹੋ, ਕਣਕ ਤੋਂ ਇਲਾਵਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਹੋਰ ਇਸ ਜਿਹੜੇ ਤੁਸੀਂ ਛੋਟੇ ਆਪਣੇ ਫਾਰਮ ਦੇ ਵਿੱਚ ਸਾਰਾ ਡਿਟੇਲ 'ਚ ਦੱਸੋ ਕਿ ਹੋਰ ਇੱਥੇ ਕੀ ਚਲਾ ਰਹੇ ਹੋ ਤੁਸੀਂ ਅਤੇ ਕੀ ਜਿਹੜਾ ਇੱਥੇ ਕਰ ਰਹੇ ਹੋ? ਆਪਣੇ ਫਾਰਮ ਦੇ ਵਿੱਚ ਮੈਂ ਜੀ ਇੱਕ ਤਾਂ ਔਰਗੈਨਿਕ ਫਾਰਮਿੰਗ ਕਰ ਰਿਹਾ, ਇੱਕ ਕਿਚਨ ਗਾਰਡਨ ਬਣਾਈ ਹੋਈ ਹੈ ਮੈਂ ਆਪਣੇ ਘਰ ਵਾਸਤੇ, ਇਸ ਤੋਂ ਇਲਾਵਾ ਮੈਂ ਦਾਲਾਂ ਬੀਜਣਾ ਆ, ਛੋਲਿਆਂ ਦੀ ਦਾਲ ਤੇ ਮਾਵਾਂ ਦੀ ਦਾਲਾਂ ਬੀਜਣਾ ਆ, ਉਸ ਤੋਂ ਇਲਾਵਾ ਮੈਂ ਤੇਲ ਵਾਸਤੇ ਸਰੋਂ ਬੀਜਣਾ ਆ, ਤੇ ਉਸ ਤੋਂ ਬਾਅਦ ਮੈਂ 1 ਏਕੜ ਦੇ ਵਿੱਚ ਆਪਣਾ ਬਾਗ ਲਗਾਇਆ ਹੋਇਆ ਜਿਸ ਵਿੱਚ ਲੀਚੀ ਔਰ ਆੜੂ ਦਾ ਬਾਗ ਹੈ। ਉਸ ਤੋਂ ਬਾਅਦ ਮੈਂ ਜਿਹੜਾ ਬੀ ਕੀਪਿੰਗ ਕਰਦਾ ਆ, ਸ਼ਹਿਦ ਦੀਆਂ ਮੱਖੀਆਂ ਵੀ ਰੱਖੀਆਂ ਹੋਈਆਂ, ਹਨੀ ਵੀ ਵੇਚਦਾ ਆ। ਉਸ ਤੋਂ ਇਲਾਵਾ ਮੈਂ ਆਪਣਾ ਡੇਅਰੀ ਫਾਰਮ ਵੀ ਖੋਲ੍ਹਿਆ ਹੋਇਆ ਜਿਸ 'ਚ ਸਾਹੀਵਾਲ ਗਾਈਆਂ, ਦੇਸੀ ਗਾਈਆਂ ਰੱਖੀਆਂ ਹੋਈਆਂ ਜਿਹੜਾ ਕਿ ਮੈਂ ਦੁੱਧ ਵੀ ਵੇਚਣਾ ਹੈਗਾ ਆ। ਸੋ ਮੈਂ ਆਪਣਾ ਜਿਹੜਾ ਇਹ ਆ ਸਕੂਲ ਤੋਂ ਬਾਅਦ ਸਾਰਾ ਟਾਈਮ ਆਪਣਾ ਖੇਤਾਂ ਵਿੱਚ ਬਿਤਾਉਣਾ ਆ, ਤੇ ਮੈਨੂੰ ਇਹ ਖੁਸ਼ੀ ਹੁੰਦੀ ਹੈ ਜਦੋਂ ਮੈਂ ਖੇਤਾਂ ਵਿੱਚ ਕੰਮ ਕਰਨਾ ਤੇ ਮੇਰੀ ਹੱਡ ਭੰਨਵੀਂ ਜਿਹੜੀ ਮਿਹਨਤ ਉਹ ਮੈਨੂੰ ਰੰਗ ਲਿਆਉਂਦੀ ਹੈ, ਹੌਲੀ ਹੌਲੀ ਰੰਗ ਲਿਆ ਰਹੀ ਆ। ਮਾਸੀ, ਕੰਮ ਤੇ ਤੁਸੀਂ ਇੰਨੇ ਸਾਰੇ ਗਿਣਾਤੇ, ਮੇਰੇ ਖਿਆਲ ਨਾਲ ਜੇ ਮੈਂ ਦੁਬਾਰਾ ਵੀ ਗਿਣਾ ਤੇ ਮੈਨੂੰ ਵੀ ਹੁਣ ਯਾਦ ਨਹੀਂ ਰਹਿਣੇ, ਤੇ ਪਰ ਇਹ ਦੱਸੋ ਜੀ ਵੀ ਇੰਨੇ ਸਾਰੇ ਕੰਮ ਜਿਹੜੇ ਤੁਸੀਂ ਕਰ ਰਹੇ ਹੋ, ਇਹਨਾਂ ਲਈ ਫਿਰ ਕੁੱਲ ਕਿੰਨੇ ਮੈਂਬਰ ਹੋ ਜਿਹੜੇ ਮਿਹਨਤ ਕਰਦੇ ਹੋ, ਕਿੰਨੇ ਜਾਣੇ ਲੱਗ ਕੇ ਤੁਸੀਂ ਜਾਂ ਕੋਈ ਲੇਬਰ ਵਾਲੇ ਜਾਂ ਘਰ ਦੇ ਮੈਂਬਰ ਇਹ ਸਾਰਾ ਕੰਮ ਕਰਨ 'ਚ ਕਿੰਨੇ ਮੈਂਬਰ ਤੁਸੀਂ ਇਨਵੋਲਵ ਹੋ, ਤੇ ਇਹ ਜ਼ਰੂਰ ਦੱਸੋ ਵੀ ਇਹ ਸਾਰੇ ਦੇ ਵਿੱਚ ਜਿਹੜਾ ਜੇ ਇੱਕ ਅੰਦਾਜ਼ਾ ਲਗਾਉਣਾ ਹੋਵੇ ਤੇ ਤੁਸੀਂ ਕਿੰਨੀ ਕੁ ਆਮਦਨ ਜਿਹੜੀ ਇਸ 2 ਏਕੜ ਦੇ ਰਕਬੇ ਦੇ ਵਿੱਚੋਂ ਚਾਹੇ ਸ਼ਹਿਦ ਵੇਚ ਕੇ, ਚਾਹੇ ਦੁੱਧ ਵੇਚ ਕੇ, ਚਾਹੇ ਹੋਰ ਜੋ ਤੁਸੀਂ ਇੱਥੇ ਪੈਦਾ ਕਰ ਰਹੇ ਹੋ ਉਹ ਵੇਚ ਕੇ ਇੱਕ ਅੰਦਾਜ਼ਾ ਆਪਣੀ ਨੌਕਰੀ ਤੋਂ ਹਟ ਕੇ 2 ਏਕੜ 'ਚੋਂ ਕਿੰਨੀ ਆਮਦਨ ਪੈਦਾ ਕਰ ਲੈਂਦੇ ਹੋ? ਇੱਕ ਮਹੀਨੇ ਦੀ ਮੇਰੀ ਕੋਈ ਆਮਦਨ 30,000 ਹੈਗੀ ਆ, ਤੇ ਬਾਕੀ ਮੇਰੇ ਮੈਂਬਰ ਜਿਹੜੇ ਆ ਉਹ ਮੇਰੀ ਪਤਨੀ ਵੀ ਮੇਰੇ ਨਾਲ ਡੇਅਰੀ ਫਾਰਮਿੰਗ 'ਚ ਕਰਦੀ ਆ ਥੋੜ੍ਹੀ ਬਹੁਤੀ ਹੈਲਪ, ਔਰ ਮੇਰਾ ਬੇਟਾ ਜਿਹੜਾ ਉਹ ਬੀਟੈਕ ਕਰ ਰਿਹਾ ਉਹ ਵੀ ਮੇਰੀ ਹੈਲਪ ਕਰਦਾ ਆ,
उसनों भी इस ऑरगैनिक फार्मिंग का बहुत शौक है, तो वह मेरे नाल पूरा हथ बटांदा है, वह अपना टाइम जिहड़ा आ जिन्ना बचता टाइम वह मेरे नाल स्पेंड करता है। बहुत वधिया जी। और कदी शुरुआती दौर तो वैसे तो तुसी दस्या है कि पहले ही तुहानू जदों पहले वारी तुसी ऑरगैनिक दी कणक दी ऑरगैनिक फार्मिंग की तो झाड़ घट निकलिया सी, पर उस तो इलावा होर जिहड़ा जिस तरह तुसी बीफ कीपिंग कर रहे हो होर काम कर रहे हो उहदे च कोई वड्डियां समस्यावां आईयां होण, कदी कोई मन तो नहीं बणिया भी आपां बदल लईए जी छड्डो परां किहड़े चक्कर च पै गए हां, जां फिर कोई इदां दी स्थिति बणी होए ते तुहाडी किहने कदी कोई मदद कीती होवे, कोई इह वी जरूर जिहड़ा उह सानूं दस्सो। वेखो जी ये उल्टे दरिया वाल वगना हो जाता जी ऑरगैनिक खे खेती करनी है। मेरे सारे आंढ गुआंढ के लोग भी कहें भी ये पागल हो गया, ये ऑरगैनिक खेती करता, इन बचता बुझदा कुछ नहीं है। सो अपना दृढ़ निश्चय लैके ये काम करना पैंदा है, और मैं इसते अपनी अपनी जी खेती विरासत मिशन का इस योगदान समझना कि उन्होंने अही नाल उन्होंने सेहत सू मिल रही है, उन्होंने गाइडेंस के अधीन अं काम कर रहे हैं, वो इस खेती विरासत मिशन का बहुत सारा योगदान है। साढ़े प्रधान अमेंद्र दत्त जी ये साडा योगदान दे रहे हैं, सानू समय समय से सिखलाइया देंगे है कि तुम इस तरह इस टेक्नीक ना काम करोगे तो फिर तुम्हें फायदा होएगा। सो अं धनवादी हैं खेती विरासत मिशन के भी जेडे साड़ी मार्गदर्शन कर रहे हैं। लास्ट सवाल है जी मास जी, एक मैं ये दसो भी जिमें मैं पहला जितों शुरुआत की थी कि बहुत सारे किसान खेतीबाड़ी छड़ रहे हैं, तो अपना बेटा बीटेक कर रहा, पर जदों के अजकल बहुत सारे बच्चे जो हाईली क्वालीफाइड विदेशों से जा रहे हैं, उन्होंने किसानों उन्होंने बच्चों तुम की अपील करनी चाहोगे? मैं तो यो चाहना कि अपना जोड़ा या साडा किता है खेती किता है जोड़ा वो पंजाब का मुख किता है, तो सानू ये जुड़ना चाहिए जे अं अपनी अपनी जनरेशन बचाना है, तो क्योंकि साड़ी जनरेशन जी बार वाल जा रही है वो साडा पैसा और साड़ी जी जायदाद वो खुश रही है। सो अपनी अपनी जायदाद सानू सांभण की लोड़ है, अपनी जायदाद नू सांभण की अपनी सेहत नू सांभण की लोड़ है। सो सानू अपनी जमीना नाल खेती नाल जुड़ना चाहिए ता कि अं तंदुरुस्त सेहत और तंदुरुस्त पंजाब बना सकीए। सो किसान वीरो तुसी देख ही लिया है साढ़े जगबाणी के दर्शकों ने बड़ी बखूबी देखा है कि यह मास्टर जी किस तरीके दे नाल बखूबी अपने जिहड़े 2 एकड़ के फार्म दे विच इन्ने वड्डे पद्धर ते उपराले करके ते मिसाल बने हुए हैं, तो इन्होंने बड़े विभाग शब्दों में यह भी दसया है कि लोग इन्हों शदाई तक भी कह देंगे ने, तो साड़ी भी जी जगबाणी के दर्शकों सारे किसान वीरों यही अपील है कि किसी के मगर लग के कुछ करन दी लोड़ नहीं, चंगी चीज़ नू अपनाओ, चंगे पासे लगो, तो पंजाब नू सेध देन दी लोड़ है, खुद मिसाल बनो ता जो साडा पंजाब खुशहाल हो सके, साडे किसान खुशहाल हो सकन। मैं हरमनप्रीत सिंह जगबाणी टीवी तो कैमरामैन मनी गुप्ता दे नाल।